biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. तो मेरी एक छोटी जी बेनती हो रहा, मेरी ड्यूटी लगी है, मैं जान के नहीं आवदा बोलता, इधरों ड्यूटी लगती है। देखो किड्डियां समाज प्रॉब्लम, ये बहुत वधिया क्वेश्चन सी वो नौजवान दा, पर साडे समाज दे विच किड्डियां वड्डियां प्रॉब्लम ने। एवोल्यूशन मेरा ख्याल शायद साडी कम्यूनिटी दे विचों घट लोकां ने पढ़िया, पढ़ना चाहीदा, कोख होनी चाहीदी, डिस्कशन होनी चाहीदी है। पर जदों सवेरे टीवी लाई दा, सवेर तो शाम तक ज्योतिष, वास्तु शास्त्र, पल्लवी छलावड़ा, प्रेम ज्योतिष, तांत्रिक विद्या, लखां रुपया लुट के लै जाने, दो दो लख डॉलर लोगों ने क्रैडिट लाइना चक के दिता, कोई सवाल ही नहीं कर रहा। पुनर्जन्म कोई कहता तुहाडे घर दे विच माता बीमार होगी, गोडे दुखदे, हनुमान चालीसा पढ़ लो, कोई सवाल ही नहीं कर रहा। मैं हैरान हाँ जी इस गल ते, ये सवाल चाहिए ने तुहाडे, बहुत वधिया। पर नाल दी नाल जिंदगी दे विच कोई होर सवाल है नहीं गे, ये ठीक है, डिस्कशन बहुत वधिया चल रही है। और जिहड़े आए ने उन्हां नूं सवाल करो ना, जदों उह टीवी रेडियो ते बैठे हुंदे ने, उन्हां दीआं ऐड चलदीआं, साडे घरे डिस्कशन चलदी है, साडे फादर कहिंदे लाउणी है, नौजवान मुंडा कहिंदा मैं तां पंजाबी चैनल ही नहीं देखणा। 25-25, 20-20 साल दे मुंडे पंजाबी चैनल नहीं देखदे, पंजाबी रेडियो नहीं सुणदे, क्यों? उह कहिंदे जी इत्थे तां सारा कुछ आ ही चलदा, असीं उह किवें बदलणा? इन्हां बारे वी सुझाव दिओ, इन्हां बारे वी सवाल जवाब करो तुसीं कोई। ਵੀਰ ਜੀ ਮਾਈਕ 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 ਆਊਗਾ ਤੁਹਾਡੇ ਕੋਲ ਆ ਰਹੇ ਵੀਰ, ਮੈਂ ਮਾਫੀ ਚਾਹੁੰਦਾ ਜੀ, ਮਾਈਕ ਆਊ ਤੁਹਾਡੇ ਕੋਲ, ਆਪਾਂ ਹਾਂਜੀ ਜੀ। ਸੋ ਇੱਕ ਦੇਖੋ, ਆਪਾਂ ਇੱਕ ਨੂੰ ਟਾਰਗੇਟ ਨਾ ਕਰੀਏ, ਪਗੜੀ ਤਾਂ ਜੋਸ਼ੀ ਵੀ ਬਹੁਤ ਨੇ, ਪਲੀਜ਼। ਆਪਾਂ ਇਹ ਲਾਈਵ ਡਿਬੇਟ ਚੱਲ ਰਹੀ ਹੈ, ਇਸ ਕਰਕੇ ਬਕਾਇਦਾ ਇੱਕ ਅਨਐਥੀਕਲ ਪ੍ਰੋਫੈਸ਼ਨ ਆ ਜਿਹੜਾ ਚੱਲਿਆ ਹੋਇਆ ਸਾਡੇ। ਹਾਂਜੀ ਜੀ, ਮੇਰਾ ਕੁਐਸਚਨ ਵੀ ਇਸੇ ਬਾਰੇ ਆ, ਕੋਈ ਬੰਦਾ ਸਿੱਖ ਹੋ ਜਾਂਦਾ, ਬਹੁਤ ਜ਼ਿਆਦਾ ਸਿੱਖ ਹੋ ਜਾਂਦਾ, ਹਫ਼ਤਿਆਂ ਵਧੀ, ਮਹੀਨੇ ਵਧੀ ਉਹਦਾ ਇਲਾਜ ਹੋ ਰਿਹਾ, ਅਤੇ ਆਹੀ ਜਿਹੜੀ ਮਤਲਬ ਇੱਕ ਪਾਸੇ ਇਲਾਜ ਹੋ ਰਿਹਾ, ਪ੍ਰੋਪਰ ਟ੍ਰੀਟਮੈਂਟ ਹੋ ਰਿਹਾ, ਨਹੀਂ ਠੀਕ ਹੋ ਰਿਹਾ, ਜਾਂ ਜਿੰਨਾ ਉਹ ਚਾਹੁੰਦੇ ਐਕਸਪੈਕਟ ਕਰ ਰਿਹਾ ਉਹਦਾ ਨਹੀਂ ਉਹ ਠੀਕ ਹੋ ਰਿਹਾ। ਦੂਜੇ ਪਾਸੇ ਆਪਣੇ ਜਿਹੜਾ ਮੀਡੀਆ ਵਾਲੇ ਆ ਜਾਂ ਹੋਰਾਂ ਰਾਹੀਂ, ਜਾਂ ਜਿਵੇਂ ਚਾਚੀ ਬਰਾੜ ਨੇ ਦੱਸਿਆ ਕਿ ਉਹਨਾਂ ਰਾਹੀਂ ਪ੍ਰਚਾਰਿਆ ਜਾ ਰਿਹਾ ਵੀ ਇਹ ਕੋਈ ਢੰਗ ਨਹੀਂ ਹੈਗਾ, ਅਸੀਂ ਠੀਕ ਕਰ ਦਿੰਦੇ ਹਾਂ, ਅਤੇ ਉੱਧਰੋਂ ਹਟ ਕੇ ਪਰਿਵਾਰ ਜਾਂ ਉਹ ਆਪ ਉੱਧਰੋਂ ਹਟ ਕੇ ਦੂਜੇ ਪਾਸੇ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ, ਆਪ ਤੋਂ ਉਦੋਂ ਹੀ ਜ਼ਿਆਦਾ ਵਿਗੜ ਜਾਂਦੀ ਆ, ਅਤੇ ਈਵਨ ਡੈਥ ਵੀ ਹੋ ਜਾਂਦੀ ਹੈ। ਕੀ ਕੋਈ ਲੀਗਲ ਪੁਆਇੰਟ ਆਫ ਵਿਊ ਨਾਲ ਜਿਹੜੇ ਬੰਦਿਆਂ ਨੇ ਗੁਮਰਾਹ ਕਰਕੇ ਉਸ ਨੂੰ ਆਪਣੇ ਠੀਕ ਇਲਾਜ ਤੋਂ ਗਲਤ ਪਾਸੇ ਪਾਇਆ, ਯਾਨੀ ਨੈਗੇਟਿਵ ਫੋਰਸਿਸ ਆ ਜਿਹੜੀਆਂ ਲੱਗੀਆਂ ਹੋਈਆਂ ਇਸ ਕੰਮ 'ਤੇ, ਕੀ ਉਹਨਾਂ ਦੇ ਅਗੇਂਸਟ ਕਦੇ ਵੀ ਕੋਈ ਪ੍ਰੋਪਰ ਢੰਗ ਦੇ ਨਾਲ ਤਰਕਸ਼ੀਲ ਵਾਲੇ ਜਾਂ ਕੋਈ ਹੋਰ ਗਰੁੱਪ ਬਣਾ ਕੇ ਉਹਨਾਂ ਦੇ ਅਗੇਂਸਟ ਕੋਈ ਇਸ ਵਧੀਆ ਕੰਟਰੀ ਦੇ ਵਿੱਚ ਅਸੀਂ ਉਹਨਾਂ ਦੇ ਅਗੇਂਸਟ ਕੋਈ ਲੀਗਲ ਮਤਲਬ ਉਹਨਾਂ ਦੇ ਕਰ ਸਕਦੇ ਹਾਂ ਕੁਝ ਉਹਨਾਂ ਦਾ, ਤਾਂ ਕਿ ਉਹਨਾਂ ਨੂੰ ਮਤਲਬ ਇਸ ਗੱਲ 'ਚ ਘੇਰਿਆ ਜਾ ਸਕੇ, ਅਤੇ ਨਿਸ਼ਚਿਤ ਤਾਂ ਕਿ ਹੋਰ ਕੋਈ ਗੁਮਰਾਹ ਹੋ ਕੇ ਇਸ ਤਰ੍ਹਾਂ ਜਾਈ ਮੌਤ ਨਾ ਜਾਵੇ, ਜਿਹਨੂੰ ਰੱਬ ਦਾ ਭਾਣਾ ਕਹਿ ਦਿੰਦੇ ਆਪਾਂ ਨੂੰ। ਥੈਂਕ ਯੂ। ਹੈਲੋ ਹੈਲੋ ਹਾਂਜੀ, ਦੇਖੋ ਇਹ ਸਾਡੀਆਂ ਸਰਕਾਰਾਂ ਦੀ ਕਮਜ਼ੋਰੀ ਕਹਿ ਲਓ ਜਾਂ ਸਰਕਾਰਾਂ ਦਾ ਸਾਡੇ ਸਿਸਟਮ ਦਾ ਇੱਕ ਰਵੱਈਆ ਕਹਿ ਲਓ ਜਾਂ ਉਹ ਆਪਦੀ ਸਕਿਨ ਸੇਵ ਕਰ ਰਹੇ ਹੈ ਕਹਿ ਲਓ, ਮੈਂ ਤਾਂ ਇੱਥੋਂ ਤੱਕ ਕਹਿਣਾ ਹੁੰਦਾ ਕਿ ਕੌਨਸੈਪਟ ਆਫ ਗੋਡ ਐਂਡ ਰਿਲੀਜਨ ਹੈਲਪਸ ਦ ਗੌਰਮੈਂਟ ਟੂ ਰੂਲ ਪੀਸਫੁਲੀ। ਪੰਜਾਬੀ 'ਚ ਜਿਹੜਾ ਕਿਸਮਤ ਦਾ, ਧਰਮਾਂ ਦਾ ਅਤੇ ਇਹ ਸਾਰੇ ਚੱਕਰਾਂ ਦਾ, ਸਰਕਾਰ ਸਾਡੀ ਅੱਖਾਂ ਮੀਚ ਕੇ ਆਮ ਇਨਸਾਨ ਦੀ ਹੁੰਦੀ ਲੁੱਟ ਦੇਖ ਕੇ ਅੱਖ ਬੰਦ ਕਰਦੀ ਹੈ, ਤਾਂ ਉਹ ਕਿਤੇ ਸਰਕਾਰ ਦਾ ਬਹੁਤ ਦੀ ਬਹੁਤ ਵੱਡੀ ਅਣਗਹਿਲੀ ਹੈ, ਉਹਨਾਂ ਦੀ ਗਲਤੀ ਹੈ। ਦੋਸਤੋ, ਮੈਂ ਵੈਟਨੇਰੀਅਨ ਹਾਂ ਅਤੇ ਸਾਡਾ ਬੋਰਡ ਹੈ ਉਹਨੂੰ ਕਾਲਜ ਆਫ ਵੈਟਨੇਰੀਅਨਸ ਆਫ ਓਨਟੈਰੀਓ ਦੇ ਨਾਂ ਨਾਲ ਜਾਣਿਆ ਜਾਂਦਾ, ਅਤੇ ਗੋਲਫ ਦੇ ਵਿੱਚ ਉਹ ਬੋਰਡ ਦੀ ਬਿਲਡਿੰਗ ਹੈ ਅਤੇ ਉਹਨਾਂ ਦਾ ਆਫਿਸ ਹੈ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਸਾਡਾ ਬੋਰਡ ਇੰਨਾ ਸਟ੍ਰਿਕਟ ਹੈ ਕਿ ਜੇ ਮੈਥੋਂ ਕੋਈ ਨੈਗਲੀਜੈਂਸੀ ਹੁੰਦੀ ਹੈ ਅਤੇ ਕੋਈ ਕਲਾਇੰਟ ਕੰਪਲੇਂਟ ਕਰਦਾ ਹੈ,
ਵੀ ਮੇਰਾ ਕੁੱਤੇ ਦਾ ਜਾਂ ਬਿੱਲੀ ਦਾ ਇਹਨੇ ਸਹੀ ਇਲਾਜ ਨਹੀਂ ਕੀਤਾ ਜਾਂ ਗਲਤ ਦਵਾਈ ਦਿੱਤੀ ਤਾਂ ਮੇਰੇ 'ਤੇ ਡਿਸਿਪਲਨਰੀ ਐਕਸ਼ਨ ਹੁੰਦਾ ਅਤੇ ਮੈਨੂੰ ਪਨਿਸ਼ਮੈਂਟ ਵੀ ਮਿਲਦੀ ਹੈ, ਸਾਡੇ ਬਹੁਤ ਸਾਰੇ ਡਾਕਟਰਾਂ ਨੂੰ ਮਿਲੀ ਵੀ ਹੈ। ਅਤੇ ਇੱਕ ਤੁਹਾਨੂੰ ਇੰਸੀਡੈਂਸ ਦੱਸਦਾ ਕਿ ਇੱਥੇ ਓਨਟੈਰੀਓ ਦੇ ਵਿੱਚ ਕਿਸੇ ਬੰਦੇ ਨੇ ਕੁੱਤੇ ਬਿੱਲੀਆਂ ਦੇ ਦੰਦ ਸਾਫ਼ ਕਰਨੇ ਸ਼ੁਰੂ ਕਰਤੇ ਬਿਨਾਂ ਲਾਈਸੈਂਸ ਤੋਂ, ਕਿਉਂਕਿ ਸਾਡਾ ਜਿਹੜਾ ਲਾਈਸੈਂਸ ਹੁੰਦਾ ਹੈ ਟੂ ਪ੍ਰੈਕਟਿਸ ਵੈਟਨਰੀ ਮੈਡੀਸਨ ਇਨ ਓਨਟੈਰੀਓ, ਉਹਦਾ ਇੱਕ ਐਕਟ ਹੈ, ਵੈਟਨਰੀ ਐਕਟ। ਸੋ ਉਹ ਬੰਦੇ ਨੇ ਜਦੋਂ ਕੁੱਤਿਆਂ ਦੇ ਅਤੇ ਬਿੱਲੀਆਂ ਦੇ ਜਦੋਂ ਗਰੂਮਿੰਗ ਕਰਦੇ ਅਤੇ ਉੱਥੇ ਦੰਦ ਸਾਫ਼ ਕਰਨੇ ਸ਼ੁਰੂ ਕਰਤੇ ਅਤੇ ਉਹਨਾਂ ਦੀ ਕੰਪਲੇਂਟ ਹੋ ਗਈ ਕਾਲਜ ਆਫ ਵੈਟਨਰੀਅਨਸ ਆਫ ਓਨਟੈਰੀਓ ਦੇ ਵਿੱਚ, ਉਹਦਾ ਕੋਰਟ ਦੇ ਵਿੱਚ ਕੇਸ ਚੱਲਿਆ ਅਤੇ ਉਹਨਾਂ ਨੂੰ ਸਜ਼ਾ ਹੋਈ ਅਤੇ ਉਹਦਾ ਕੋਰਟ ਦਾ ਜੱਜ ਦਾ ਵਰਡਿਕਟ ਸੀ ਕਿ ਯੂ ਕੈਨ ਨੋਟ ਪ੍ਰੋਵਾਈਡ ਵੈਟਨਰੀ ਸਰਵਿਸਿਜ ਵਿਦਾਊਟ ਲਾਈਸੈਂਸ ਟੂ ਐਨੀ ਐਨੀਮਲ। ਅਤੇ ਜਿਹੜਾ ਦੰਦ ਸਾਫ਼ ਕਰਨ ਦਾ ਉਹਨਾਂ ਨੇ ਪਲੀ ਲਈ, ਉਹਨਾਂ ਦੇ ਵਕੀਲ ਨੇ ਉਹਨਾਂ ਨੇ ਇਹ ਪਲੀ ਲਈ ਕਿ ਇਹ ਵੈਟਨਰੀ ਸਰਵਿਸਿਜ ਦੇ ਵਿੱਚ ਨਹੀਂ ਮੰਨਿਆ ਜਾਣਾ ਚਾਹੀਦਾ, ਵੀ ਇਹ ਦੰਦ ਸਾਫ਼ ਕਰਨੇ ਇਟਸ ਜਸਟ ਲਾਈਕ ਬਰਸ਼ਿੰਗ। ਤਾਂ ਜਿਹੜੇ ਕਾਲਜ ਦੇ ਵਕੀਲ ਨੇ ਇਹ ਕਿਹਾ ਕਿ ਇਹ ਡੈਂਟਿਸਟਰੀ ਦੇ ਅੰਡਰ ਆਊਗਾ, ਕਿਉਂਕਿ ਜੇ ਕੁੱਤੇ ਦੇ ਤੁਸੀਂ ਦੰਦ ਸਾਫ਼ ਕਰਦੇ ਹੋ ਤਾਂ ਉਹ ਪ੍ਰੋਪਰ ਜਿਵੇਂ ਹਿਊਮਨ ਦੇ ਵਿੱਚ ਡੈਂਟਿਸਟ ਦੰਦ ਸਾਫ਼ ਕਰਦੇ ਆ ਸਕੇਲਿੰਗ ਪੋਲਿਸ਼ਿੰਗ, ਅਤੇ ਕੋਈ ਵੀ ਬੰਦਾ ਇੱਥੇ ਡੈਂਟਿਸਟ ਤੋਂ ਬਿਨਾਂ ਉਹ ਕਰ ਨਹੀਂ ਸਕਦਾ ਡੈਂਟਲ ਹਾਈਜੀਨਿਸਟ। ਤੁਸੀਂ ਹੈਰਾਨ ਹੋਵੋਗੇ ਕਿ ਉਸ ਬੰਦੇ ਨੂੰ ਸਜ਼ਾ ਹੋਈ ਕੋਰਟ 'ਚੋਂ। ਸੋ ਮੈਂ ਇਹ ਗੱਲ ਤੁਹਾਨੂੰ ਕਿਉਂ ਦੱਸ ਰਿਹਾ ਕਿ ਸਾਡਾ ਬੋਰਡ ਤਾਂ ਐਨੀਮਲ ਪ੍ਰਤੀ ਤਾਂ ਇੰਨਾ ਸਟ੍ਰਿਕਟ ਹੈ ਕਿ ਤੁਸੀਂ ਇੱਕ ਐਨੀਮਲ ਦੀ ਜਾਨ ਨਾਲ ਨਹੀਂ ਖੇਡ ਸਕਦੇ, ਉਹਦੇ ਨਾਲ ਨਹੀਂ ਕਰ ਸਕਦੇ, ਉਹਨੂੰ ਨੈਗਲੀਜੈਂਸ ਨਹੀਂ ਵਰਤ ਸਕਦੇ, ਪਰ ਦੂਜੇ ਪਾਸੇ ਕੈਂਸਰ ਤੱਕ ਦਾ ਇਲਾਜ ਕੁਐਕ ਕਰ ਰਹੇ ਆ ਇੱਥੇ। ਕਾਹਦੇ ਨਾਲ ਕਰ ਰਹੇ ਆ? ਆਹ ਮੁੰਦੀ ਪਾ ਲਓ, ਆਹ ਕੜਾ ਪਾ ਲਓ, ਆਹ ਤਵੀਤ ਲੈ ਲਓ, ਆਹ ਕੋਈ ਦੇਸੀ ਦਵਾਈ ਦੇ ਦਿਓ, ਉਹਦੇ ਵਿੱਚ ਕੋਈ ਲਾਈਸੈਂਸ ਨਹੀਂ, ਕੋਈ ਉਹਨਾਂ ਕੋਲ ਗੌਰਮੈਂਟ ਤੋਂ ਮਨਜ਼ੂਰਸ਼ੁਦਾ ਕੋਈ FDA ਜਿਹੜੀ ਵੀ ਕੋਈ ਦਵਾਈ ਨਿਕਲਦੀ ਹੈ ਉਹਨੂੰ FDA ਤੋਂ ਮਨਜ਼ੂਰੀ ਮਿਲਦੀ ਹੈ, ਫਿਰ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਹੈ ਆਫਟਰ ਰਿਗਰਸ ਟੈਸਟਿੰਗ। ਸੋ ਸਾਡੀ ਤਾਂ ਬਲਕਿ ਮੈਂ ਕਹੂੰਗਾ ਵੀ ਸਰਕਾਰ ਨੂੰ ਚਾਹੀਦਾ, ਜਿਹੜਾ ਇਹਨਾਂ ਦਾ ਬ੍ਰੌਡਕਾਸਟਿੰਗ ਕਮਿਸ਼ਨ ਹੈ ਕੈਨੇਡਾ ਦਾ ਜਾਂ ਓਨਟੈਰੀਓ ਦਾ, ਮੈਨੂੰ ਬਹੁਤੀ ਨੌਲੇਜ ਨਹੀਂ ਹੈ ਪਰ ਕਮਿਸ਼ਨ ਹੈ ਇੱਥੇ, ਸਾਡਾ ਫਰਜ਼ ਬਣਦਾ ਹੈ ਕਿ ਉਹ ਕਮਿਸ਼ਨ ਨੂੰ ਈਮੇਲਾਂ ਲਿਖੀਏ, ਕੰਪਲੇਂਟਾਂ ਕਰੀਏ ਕਿ ਇਹਨਾਂ 'ਤੇ ਬੈਨ ਲੱਗਣਾ ਚਾਹੀਦਾ, ਕਿਉਂਕਿ ਇਹਨਾਂ ਦੇ ਪਿੱਛੇ ਕੋਈ ਸੈਂਟੀਫਿਕ ਐਵੀਡੈਂਸ ਨਹੀਂ ਹੈ ਕਿ ਥੌਲਾ ਕੰਮ ਕਰਦਾ ਜਾਂ ਮੁੰਦੀ 'ਚ ਪਾਇਆ ਨਗ ਕੰਮ ਕਰਦਾ, ਜਾਂ ਤਾਂ ਉਹ ਕਿਸੇ ਸੈਂਟੀਫਿਕ ਐਵੀਡੈਂਸ ਪ੍ਰੂਵ ਕਰਨ ਰਿਸਰਚ ਦੇ ਬੇਸ 'ਤੇ ਤਾਂ ਉਹਨਾਂ ਨੂੰ ਲਾਈਸੈਂਸ ਮਿਲੇ ਅਤੇ ਫਿਰ ਲਾਈਸੈਂਸ ਸ਼ੁਦਾ ਉਹ ਬੰਦੇ ਹੋਣ। ਪਰ ਜਿਹੜਾ ਇਹ ਕਮਿਸ਼ਨ ਹੈ ਬ੍ਰੌਡਕਾਸਟਿੰਗ ਦਾ, ਉਹਨਾਂ ਦੀ ਵੀ ਕਿਤੇ ਅਣਗਹਿਲੀ ਹੈ, ਉਹਦੇ ਵਿੱਚ ਸੋਧ ਕਰਨ ਵਾਲੀ ਕਹਿ ਲਓ, ਕੁਛ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ। ਸੋ ਮੇਰੀ ਤਾਂ ਤੁਹਾਨੂੰ ਇਹੀ ਅਪੀਲ ਹੋਊਗੀ, ਅਸੀਂ ਵੀ ਮੈਂ ਬਰਾੜ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਾਫੀ, ਅਸੀਂ ਸ਼ਾਇਦ ਇੱਕ ਵਕੀਲ ਹਾਇਰ ਕਰਕੇ ਇੱਕ ਬ੍ਰੌਡਕਾਸਟਿੰਗ ਕਮਿਸ਼ਨ ਨੂੰ ਅਤੇ ਗੌਰਮੈਂਟ ਆਫ ਕੈਨੇਡਾ ਅਤੇ ਗੌਰਮੈਂਟ ਆਫ ਓਨਟੇਰੀਓ ਨੂੰ ਅਸੀਂ ਸ਼ਾਇਦ ਕੋਰਟ ਦੇ ਵਿੱਚ ਵੀ ਕੇਸ ਕਰੀਏ ਕਿ ਇਹਨਾਂ 'ਤੇ ਬੈਨ ਲੱਗਣਾ ਚਾਹੀਦਾ। ਥੈਂਕ ਯੂ ਪ੍ਰੋਫੈਸਰ ਜਗੀਰ ਕਰ ਲਓ ਜੀ, ਤੁਹਾਡੇ ਨਾਲ 2 ਮਿੰਟ ਲਈ ਗੱਲਬਾਤ, ਪਲੀਜ਼ ਸ਼ਾਰਟ ਰੱਖਿਓ ਜੀ। ਮੈਂ ਜੀ ਉੱਧਰੋਂ ਜਿਹੜਾ ਇੱਕ ਦੋਸਤ ਨੇ ਸਵਾਲ ਕੀਤਾ ਸੀਗਾ ਕਿ ਸਰਕਾਰਾਂ ਦਾ ਕੀ ਰੋਲ ਹੋਵੇ, ਇਹ ਬੜੀ ਵਧੀਆ ਗੱਲ ਹੈਗੀ ਆ ਕਿ ਕਿਉਂਕਿ ਜਿਹੜੀ ਤਾਕਤ ਹੈਗੀ ਆ, ਕੋਈ ਬ੍ਰੌਡਕਾਸਟਿੰਗ ਦੀਆਂ ਸ਼ਕਤੀਆਂ ਹੈਗੀਆਂ, ਉਹਨਾਂ ਦੇ ਬੋਰਡ ਹੈਗੇ ਆ, ਉਹ ਆਫਟਰ ਆਲ ਅਲਟੀਮੇਟਲੀ ਗੌਰਮੈਂਟ ਉਹਨਾਂ ਨੂੰ ਕੰਟਰੋਲ ਕਰਦੀ ਆ। ਉਹ ਸਵਾਲ ਬੜਾ ਵਧੀਆ, ਔਰ ਮੈਂ ਇੱਕ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਨਾਲ ਜਾਣਕਾਰੀ ਕਿ ਇੱਕ ਬਹੁਤ ਛੋਟਾ ਜਿਹਾ ਮੁਲਕ ਆ ਭਾਰਤ ਦੇ ਗੁਆਂਢ ਦੇ ਵਿੱਚ, ਉਹਦਾ ਨਾਂ ਹੈਗਾ ਨੇਪਾਲ, ਅਤੇ ਨੇਪਾਲ ਦੀ ਗੌਰਮੈਂਟ ਨੇ ਇੱਕ ਬਹੁਤ ਐਪਰੀਸ਼ੀਏਬਲ ਸਟੈਪ ਲਿਆ ਹੈਗਾ ਕਿ ਉਹਨਾਂ ਨੇ ਉਹ ਸਾਰੇ ਚੈਨਲ ਆਪਣੇ ਦੇਸ਼ ਦੇ ਵਿੱਚ ਚੱਲਣੇ ਬੰਦ ਕਰਤੇ ਆ, ਜਾਂ ਚੈਨਲ ਜੇ ਬੰਦ ਨਹੀਂ ਕੀਤੇ ਤਾਂ ਉਹਨਾਂ ਨੇ ਉਹ ਇਸ਼ਤਿਹਾਰ ਬੰਦ ਕਰ ਦਿੱਤੇ ਆ ਜਿਨ੍ਹਾਂ ਦੇ ਵਿੱਚ ਜੋਤਿਸ਼ੀਆਂ ਦੀ, ਤਾਂਤਰਿਕਾਂ ਦੀ ਵਗੈਰਾ ਵਗੈਰਾ ਐਡ ਚੱਲਦੀ ਸੀਗੀ। ਸੋ ਮੈਂ ਮਹਿਸੂਸ ਕਰਦਾ ਕਿ ਸਰਕਾਰਾਂ 'ਤੇ ਵੀ ਇਸ ਕੰਮ ਲਈ ਦਬਾਅ ਪਾਉਣਾ ਚਾਹੀਦਾ। ਧੰਨਵਾਦ ਜੀ ਦੋਸਤੋ, 5-4 ਮਿੰਟ ਵਿੱਚ ਦੀ ਮੱਖਣ ਬਰਾੜ ਜੀ ਅਤੇ ਪਰਦੇਸੀ ਸਾਹਿਬ ਤੁਹਾਨੂੰ ਦਮ ਦਵਾਉਣਗੇ, ਤੁਸੀਂ ਸਵਾਲ ਆਪਦੇ ਤਿਆਰ ਕਰ ਲਓ। ਮੇਰੇ ਕੋਲ ਕੁਝ ਸਵਾਲ ਆ ਰਹੇ ਨੇ ਜੀ, ਜਦੋਂ ਵਿੱਚੋਂ ਤੁਹਾਨੂੰ ਟਾਈਮ ਮਿਲਿਆ ਪਲੀਜ਼ ਇਹਨਾਂ ਦੇ ਜਵਾਬ ਦੇ ਦਿਓ। ਰੀਇਨਕਾਰਨੇਸ਼ਨ, ਪੁਨਰਜਨਮ ਕੀ ਹੁੰਦਾ,
ਇੱਥੇ ਬ੍ਰੈਂਪਟਨ 'ਚ ਵੀ ਮਾਨਸਿਕ ਰੋਗੀ ਹੈਗੇ ਨੇ ਜੀ, ਸਿਰ ਦੇ ਵਾਲ ਲੜਕੀਆਂ ਦੇ ਕੱਟੇ ਜਾਂਦੇ ਨੇ ਕਿਉਂਕਿ ਇੱਥੇ ਸਾਰਾ ਕੁਛ ਗੁਪਤ ਰੱਖਿਆ ਜਾਂਦਾ, ਇਸ ਕਰਕੇ ਇਹਦੇ ਬਾਰੇ ਵੀ ਮਾਨਸਿਕ ਰੋਗਾਂ ਬਾਰੇ ਕੁਝ ਦੱਸ ਸਕਦੇ ਹੋ? ਪਰ ਪਹਿਲਾਂ ਆਪਾਂ ਹੋਰ ਸਵਾਲ ਪੁੱਛ ਲਈਏ। ਹਾਂਜੀ ਵੀਰ ਜੀ, ਨੈਕਸਟ ਕੁਐਸਚਨ ਪਲੀਜ਼। ਹੈਲੋ, ਬਹੁਤ ਅੱਛੀ ਡਿਸਕਸ਼ਨ ਚੱਲ ਰਹੀ ਹੈ। ਮੇਰਾ ਮਾਣ ਸਤਿਕਾਰ ਹੈ ਸਾਰੇ ਪੜ੍ਹੇ ਲਿਖੇ ਭਰਾਵਾਂ ਨੂੰ, ਡਾਕਟਰ ਸਾਹਿਬਾਨ ਨੂੰ। ਆਈ ਗਿਵ ਯੂ ਫੁੱਲ ਕ੍ਰੈਡਿਟ ਫਾਰ ਯੋਰ ਐਜੂਕੇਸ਼ਨ, ਫਾਰ ਯੋਰ ਐਕਸਪਰਟੀਜ਼, ਦੇਰ ਇਜ਼ ਨੋ ਡਾਊਟ ਅਬਾਊਟ ਇਟ। ਔਰ ਅੱਜ ਜਿਹੜੀਆਂ ਆਹ ਚਾਰ ਕੁਰਸੀਆਂ ਖਾਲੀ ਪਈਆਂ ਨੇ, ਇਹਨਾਂ ਕੋਲ ਸਾਡੇ ਲੋਕ ਉਦੋਂ ਜਾਂਦੇ ਨੇ ਜਦੋਂ ਕਿ ਉਹ ਕਿਸੇ ਨਾ ਕਿਸੇ ਪਾਸਿਓਂ ਦੁਖੀ ਹੁੰਦੇ ਨੇ, ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ। ਪਰ ਇਸ ਦੇ ਨਾਲ ਨਾਲ ਇੱਕ ਕੁਰਸੀ ਮੇਰੇ ਖਿਆਲ ਮੁਤਾਬਕ ਤੁਸੀਂ ਘੱਟ ਰੱਖੀ ਹੈ, ਜਿਹਦੇ 'ਤੇ ਲਿਖਣਾ ਚਾਹੀਦਾ ਸੀ ਵਿਸ਼ਵਾਸ। ਅੱਜ ਸਾਰੀ ਜਿਹੜੀ ਇੱਥੇ ਸੰਗਤ ਬੈਠੀ ਹੈ, ਬਹੁਤ ਹੀ ਮੈਂ ਦੇਖ ਕੇ ਦੱਸ ਸਕਦਾ ਕਿ ਜ਼ਿਆਦਾ ਸਾਡੇ ਸਿੱਖ ਬੈਕਗ੍ਰਾਊਂਡ ਦੇ ਨਾਲ ਸੰਬੰਧਿਤ ਰੱਖਦੀ ਹੈ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਂਦੇ ਹਾਂ, ਦਸਾਂ ਗੁਰੂਆਂ 52 ਭਗਤਾਂ ਦਾ ਸਤਿਕਾਰ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਦਾ। ਜਦੋਂ ਮੇਰੀ ਗੱਲ ਹੋ ਰਹੀ ਸੀ ਬਰਾੜ ਸਾਹਿਬ ਦੇ ਨਾਲ ਆਫ ਦਾ ਸਟੇਜ, ਬਰਾੜ ਸਾਹਿਬ ਕਹਿ ਰਹੇ ਸੀ ਕਿ ਅਸੀਂ ਜਿਹੜੀ ਹੈਗੀ ਆ ਫੇਥ ਫੀਲਿੰਗ ਦੇ, ਫੇਥ ਹੀਲਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਜੋ ਮੰਗੇ ਠਾਕਰੇ ਆਪਣੇ 'ਤੇ ਸੋਈ ਸੋਈ ਦੇਵੇ, ਦਾਸ ਕਾ ਦੁੱਖ ਵਿਦਾਰਿਓ। ਕੀ ਤੁਹਾਡੇ ਖਿਆਲ ਮੁਤਾਬਕ ਉਹ ਚੀਜ਼ਾਂ ਇੰਨੀਆਂ ਵਡਮੁੱਲੀਆਂ ਨੇ ਜਿਹੜੀਆਂ ਉਹ ਘੱਟ ਨੇ? ਜਿਸ ਤਰ੍ਹਾਂ ਭੈਣ ਜੀ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਸੀ ਉਹਨਾਂ ਦੇ ਪਤੀ ਦੀ ਬਿਮਾਰੀ ਵਾਸਤੇ, ਕਿ ਬਰਾੜ ਸਾਹਿਬ ਕਹਿੰਦੇ ਸੀ ਕਿ ਸਾਨੂੰ 5 ਬੰਦੇ ਲਿਆ ਦਿਓ ਕਿ ਜਿਹਨਾਂ ਦਾ ਕੈਂਸਰ ਠੀਕ। ਮੇਰਾ ਖਿਆਲ ਹੈ 5 ਕੀ ਬਹੁਤ ਸਾਰੇ ਕੇਸ ਹੋਣਗੇ ਜਿਹੜੇ ਵਿਸ਼ਵਾਸ ਦੇ ਨਾਲ ਠੀਕ ਹੋਏ ਹੋਏ ਨੇ। ਇੰਨੀਆਂ ਕਿਤਾਬਾਂ ਫੇਥ ਹੀਲਿੰਗਸ 'ਤੇ ਲਿਖੀਆਂ ਜਾ ਚੁੱਕੀਆਂ ਨੇ। ਦੁਨੀਆ ਦਾ ਸਭ ਤੋਂ ਵੱਡਾ ਮਜ਼ਹਬ ਕ੍ਰਿਸਚੈਨਿਟੀ ਫੇਥ ਹੀਲਿੰਗ 'ਤੇ ਬਣਿਆ ਹੋਇਆ। ਜੀਸਸ ਕ੍ਰਾਈਸਟ ਦੇ 3.5 ਸਾਲ ਸਿਰਫ ਹੀਲਿੰਗ 'ਤੇ ਸੀ, ਵਿਦਾਊਟ ਐਨੀ ਮੈਡੀਕੇਸ਼ਨ। ਮੇਰਾ ਖਿਆਲ ਆ ਵੀ ਬੇਸ਼ੱਕ ਤੁਸੀਂ ਇੱਕ ਤਰਕ, ਇੱਕ ਬੜੀ ਵਡਮੁੱਲੀ ਚੀਜ਼ ਹੈ, ਦੇਰ ਇਜ਼ ਲੋਜਿਕ, ਬਟ ਦੇਰ ਇਜ਼ ਫੇਥ ਵਿਚ ਹੈਜ਼ ਨੋ ਲੋਜਿਕ ਇਨ ਇਟ। ਉਸ ਦੇ ਲਈ ਵੀ ਇੱਥੇ ਇੱਕ ਜਗ੍ਹਾ ਚਾਹੀਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਇਹ ਸਾਰੀ ਹੈਲਥੀ ਡਿਸਕਸ਼ਨ ਕਰ ਰਹੇ ਹੋ, ਉਸ ਦੇ ਨਾਲ ਤੁਸੀਂ ਇੱਕ ਬੜੀ ਥਿਨ ਲਾਈਨ, ਯੂ ਆਰ ਵਾਕਿੰਗ ਵੈਰੀ ਥਿਨ ਲਾਈਨ, ਕਿ ਤੁਸੀਂ ਇੱਕ ਨਾਸਤਿਕ ਡਿਸਕਸ਼ਨ ਸ਼ੁਰੂ ਕੀਤੀ ਹੋਈ। ਧੰਨਵਾਦ ਜੀ, ਤੁਹਾਡਾ ਸਵਾਲ ਬੜਾ ਗਹਿਰਾ ਹੈ ਕਿਉਂਕਿ ਤੁਸੀਂ ਮੇਰਾ ਨਾਂ ਲਿਆ, ਮੈਨੂੰ ਜਵਾਬ ਪਹਿਲਾਂ ਦੇਣਾ ਪੈਣਾ। ਮੈਂ ਫੇਥ ਫੀਲਿੰਗ ਨਹੀਂ ਜੀ, ਫੇਥ ਹੀਲਿੰਗ ਦੀ ਗੱਲ ਕੀਤੀ ਸੀ। ਮੈਂ ਪਹਿਲਾਂ ਵਾਰ ਵਾਰ ਇੱਥੋਂ ਬੇਨਤੀ ਕਰ ਚੁੱਕਿਆ ਜੀ ਕਿ ਸਾਰਿਆਂ ਦੇ ਆਪੋ ਆਪਣੇ ਵਿਸ਼ਵਾਸ ਨੇ, ਆਪੋ ਆਪਣੇ ਸਮਾਜ ਦੇ ਕਈ ਵਰਗ ਨੇ। ਰਿਲੀਜਨ ਵਾਈਜ਼ ਗੱਲ ਕਰਨੀ ਹੈ, ਕੈਨੇਡਾ ਦੇ ਵਿੱਚ 70% ਕ੍ਰਿਸਚੀਅਨ ਨੇ ਜੀ, 23% ਉਹ ਲੋਕ ਨੇ ਜਿਹੜੇ ਨੌਨ ਰਿਲੀਜੀਅਸ ਨੇ, ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, 3.5% ਨੇ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਨੇ, 1.5% ਹਿੰਦੂ ਨੇ, ਅਤੇ 1.5 ਤੋਂ ਥੋੜ੍ਹਾ ਘੱਟ 1.45 ਸਿੱਖ ਨੇ। ਅਸੀਂ ਸਾਰਿਆਂ ਦੇ ਵਿਸ਼ਵਾਸਾਂ ਦੀ ਕਦਰ ਕਰਦੇ ਹਾਂ, ਪਰ ਉਸ ਤੋਂ ਵੀ ਵੱਧ ਕਦਰ ਅਸੀਂ ਉਹਨਾਂ ਵਿਚਾਰਾਂ ਦੀ ਕਰਦੇ ਹਾਂ ਜਿਹੜੇ ਸਮੁੱਚੀ ਹਿਊਮੈਨਿਟੀ ਦੇ ਵਿਚਾਰ ਨੇ। ਉਸ ਤੋਂ ਵੱਧ ਕਦਰ ਅਸੀਂ ਕਰਦੇ ਹਾਂ ਵਿਗਿਆਨਕ ਢੰਗ ਤਰੀਕਿਆਂ ਦੀ, ਜਿਹੜੇ ਸਾਰੀ ਇਨਸਾਨੀਅਤ ਨੇ ਜਿਹੜੇ ਅਪਣਾਏ ਹੋਏ ਨੇ, ਸਾਰੇ ਇਨਸਾਨਾਂ ਨੇ ਅਪਣਾਏ ਹੋਏ ਨੇ। ਉਹਨਾਂ ਨੇ ਇੱਕ ਤੈਅ ਕੀਤਾ ਹੋਇਆ ਜ਼ਾਬਤਾ, ਉਹ ਕਹਿੰਦੇ ਜੇ ਆਪਣੇ ਵਿਸ਼ਵਾਸ ਨਾਲ ਹੀ ਹੀਲਿੰਗ ਕਰਨੀ ਹੈ ਫਿਰ ਹਸਪਤਾਲ ਬੰਦ ਕਰ ਦਿਓ, ਕੀ ਲੋੜ ਹਸਪਤਾਲਾਂ ਦੀ। ਜਦੋਂ ਜਿਹੜੇ ਫੇਥ ਹੀਲਿੰਗ ਕਰਦੇ ਨੇ, ਜਦੋਂ ਉਹਨਾਂ ਨੂੰ ਛਿੱਕ ਵੀ ਆਉਂਦੀ ਹੈ, ਉਹਨਾਂ ਨੂੰ ਉਹਨਾਂ ਦੀ ਖੱਬੀ ਬਾਂਹ ਮਾੜੀ ਜਿਹੀ ਦੁਖਣ ਲੱਗਦੀ ਹੈ, ਉਹਨਾਂ ਨੇ ਕਿਤੇ ਸੁਣਿਆ ਹੁੰਦਾ ਵੀ ਹਾਰਟ ਅਟੈਕ ਹੁੰਦਾ, ਖੱਬੀ ਬਾਂਹ ਦੁਖਣ ਲੱਗਦੀ ਹੈ, ਭਾਵੇਂ ਕਿਤੇ ਪਿਛਲੇ ਦਿਨ ਉਹਨਾਂ ਨੇ ਭਾਰ ਹੀ ਚੱਕਿਆ ਹੋਵੇ, ਮਸਲ ਪੁੱਲ ਹੋਇਆ ਹੋਵੇ, 911 ਕਾਲ ਕਰਦੇ ਨੇ ਕਿ ਸਾਨੂੰ ਭਾਈ ਬਚਾ ਲਓ। ਰਾਮਦੇਵ ਵਰਗੇ ਜਿਹੜੇ ਹੀਲਿੰਗ ਦੀ ਗੱਲ ਕਰਨ ਵਾਲੇ ਨੇ ਨਾ, ਉਹ ਵਿਦੇਸ਼ਾਂ ਦੇ ਵਿੱਚੋਂ ਕਿਵੇਂ ਇਲਾਜ ਕਰਵਾਉਂਦੇ ਨੇ, ਰਾਤ ਨੂੰ ਕੀ ਕੁਛ ਕਰਦੇ ਨੇ, ਸਾਰਾ ਕੁਛ ਪਤਾ ਹੈ। ਅਸੀਂ ਕਹਿੰਦੇ ਤੁਸੀਂ ਮੰਨਣਾ ਜੀ ਮੰਨੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਵਿਗਿਆਨਕ ਢੰਗ ਤਰੀਕਿਆਂ ਨੂੰ ਜਦੋਂ ਤੁਸੀਂ ਚੂੰਡੀਆਂ ਵੱਢਦੇ ਹੋ ਨਾ, ਫਿਰ ਵਿਗਿਆਨ ਨੂੰ ਵੀ ਹੱਕ ਆ ਨਾ ਬੋਲਣ ਦਾ। ਆ ਵਿਗਿਆਨੀ ਬੈਠੇ ਨੇ ਜੀ, ਫੇਥ ਹੀਲਰਸ ਜੇ ਇਲਾਜ ਕਰਨ ਦਾ ਦਾਅਵਾ ਕਰਦੇ ਨੇ, 5 ਪੇਸ਼ੈਂਟ ਦੇਵਾਂਗੇ ਜੀ ਉਹਨਾਂ ਨੂੰ, 5 ਪੇਸ਼ੈਂਟ ਉਹਨਾਂ ਦੀ ਹਿਸਟਰੀ ਚੈੱਕ ਕਰ ਲੈਣ ਅਤੇ ਉਹ ਉਹਨਾਂ ਦਾ ਇਲਾਜ ਕਰ ਦੇਣ। 1,00,000 ਨਹੀਂ, 1,000,000 ਨਹੀਂ, ਸਾਰੀ ਦੁਨੀਆ ਦੀਆਂ ਤਰਕਸ਼ੀ ਸੈਟੀਆਂ ਜਿਹੜੀਆਂ ਤੁਹਾਡੇ ਢੰਗਾਂ ਦੀ ਪੜਤਾਲ ਕਰਨਗੇ, ਪਰ ਦਿਓ ਤਾਂ ਸਹੀ, ਦਿਖਾਓ ਤਾਂ ਸਹੀ। ਜਿਹੜੇ ਫੇਥ ਹੀਲਿੰਗ ਦੀ ਗੱਲ ਕਰਦੇ ਨੇ, ਸਾਲ ਬਾਅਦ ਉਹ ਸਿਵਿਆਂ ਦੇ ਵਿੱਚ ਪਹੁੰਚੇ ਹੁੰਦੇ ਨੇ, ਕੀਮੋਥੈਰੇਪੀ ਨਾਲ ਜਾਂ ਹੋਰ ਢੰਗ ਤਰੀਕੇ ਨਾਲ ਜਿਹੜਾ ਵੀ ਇਲਾਜ ਚੱਲ ਰਿਹਾ ਹੁੰਦਾ,
ਉਹ ਢੰਗ ਤਰੀਕੇ ਵਿਚਾਲੇ ਛੱਡ ਕੇ ਜਾਂਦੇ ਨੇ, ਉਹਨਾਂ ਦਾ ਇਲਾਜ ਆ ਜਿਹੜਾ ਖੜ ਜਾਂਦਾ। ਮੈਂ ਅੱਜ ਇਸ ਸਟੇਜ ਤੋਂ ਪਹਿਲੀ ਵਾਰ ਅਨਾਊਂਸ ਕਰਨ ਲੱਗਿਆ, ਮੇਰੀ ਨਿੱਜੀ ਜ਼ਿੰਦਗੀ ਆ, ਮੈਂ ਨਹੀਂ ਸੀ ਚਾਹੁੰਦਾ, ਪਰ ਕਿਉਂਕਿ ਇਸ ਗੱਲ 'ਤੇ ਵਿਸ਼ਵਾਸ 'ਤੇ ਗੱਲ ਖੜੀ ਹੈ, ਭੈਣ ਜੀ ਨੇ ਗੱਲ ਕੀਤੀ, ਅਸੀਂ ਕਦਰ ਕਰਦੇ ਹਾਂ ਕਿ ਠੀਕ ਹੈ। ਮੇਰਾ ਵਿਸ਼ਵਾਸ ਦੇਖੋ ਜੀ, ਮੈਂ ਕਿਸੇ ਸਾਰੇ ਧਰਮਾਂ ਅੱਗੇ ਸਿਰ ਝੁਕਾਉਣਾ, ਸਾਰੇ ਮੇਰੇ ਭਾਈ ਨੇ, ਪਰ ਮੈਂ ਪਰਸਨਲੀ ਇਨਸਾਨੀਅਤ ਦੇ ਵਿੱਚ ਯਕੀਨ ਕਰਦਾ, ਵਿਗਿਆਨ ਦੇ ਵਿੱਚ ਯਕੀਨ ਕਰਦਾ। ਅੱਜ ਤੋਂ 15 ਸਾਲ ਪਹਿਲਾਂ ਇੱਕ ਵੇਲਾ ਆਇਆ, ਮੇਰੇ ਗੋਡੇ ਖੜ ਗਏ, ਮੰਜੇ 'ਤੇ ਪੈ ਗਿਆ ਮੈਂ, ਸਰਜਰੀ ਮੇਰੀ ਬੈਕ ਦੀ ਸਰਜਰੀ ਐਡਵਾਈਜ਼ ਕਰਤੀ। ਡਾਕਟਰ ਕਹਿੰਦਾ ਜੇ ਤੂੰ ਇਹ ਸਰਜਰੀ ਨਾ ਕਰਵਾਈ ਤੂੰ ਮੰਜੇ ਤੋਂ ਨਹੀਂ ਉੱਠ ਸਕਦਾ। 6 ਮਹੀਨੇ ਮੰਜੇ 'ਤੇ ਪਿਆ ਰਿਹਾ, ਪੈਣ ਦੇ ਨਾਲ ਮੇਰੀ ਬੋਡੀ ਦੇ ਵਿੱਚ 129% ਕੈਲਸ਼ੀਅਮ ਆ ਜਿਹੜਾ ਲੂਜ਼ ਕਰ ਗਿਆ। ਉਹ ਕਹਿੰਦਾ ਜੇ ਤੂੰ ਠੀਕ ਵੀ ਹੋ ਗਿਆ ਨਾ ਤਾਂ ਤੂੰ ਅੱਗੇ ਨੂੰ ਨਹੀਂ ਝੁਕ ਸਕਦਾ, ਤੂੰ ਬਿਲਕੁਲ ਨਹੀਂ ਝੁਕ ਸਕਦਾ। ਮੈਂ ਕਿਹਾ ਜੀ ਝੁਕਦਾ ਤਾਂ ਮੈਂ ਵੈਸੇ ਹੀ ਨਹੀਂ ਕਿਸੇ ਅੱਗੇ। ਤੁਸੀਂ ਸੱਚ ਜਾਣੇ ਹੋ, 5 ਕਿਲੋਮੀਟਰ ਭੱਜਦਾ ਸਵੇਰੇ ਉੱਠ ਕੇ ਜਾਂ ਸ਼ਾਮ ਨੂੰ, ਆਪਣੇ ਪੈਰੀਂ ਹੱਥ ਲਾਉਣਾ 5 ਵਾਰੀ 10 ਵਾਰੀ 20 ਵਾਰੀ ਸਵੇਰੇ ਅਤੇ ਸ਼ਾਮ ਨੂੰ। ਇਹ ਮੇਰਾ ਆਪਣੇ ਆਪ 'ਤੇ ਵਿਸ਼ਵਾਸ ਆ, ਵਿਗਿਆਨਕ ਢੰਗ ਤਰੀਕਿਆਂ 'ਤੇ ਵਿਸ਼ਵਾਸ ਆ। ਇੱਕ ਡਾਕਟਰ ਨੇ ਕਹਿਤਾ, ਦੂਜੇ ਨੇ ਤਾਂ ਮੈਂ ਪਹਿਲੀ ਵਾਰੀ ਉਹ ਡਾਕਟਰ ਦੇ ਗੋਡੀ ਹੱਥ ਲਾਏ, ਕਹਿੰਦਾ ਤੂੰ ਕਿਸੇ ਨੂੰ ਮੰਨਦਾ ਨਹੀਂ ਕਿਉਂ ਮੇਰੇ ਗੋਡੀ ਹੱਥ ਲਾਉਣਾ। ਮੈਂ ਕਿਹਾ ਜੀ ਤੁਸੀਂ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਮੈਂ ਮੰਜੇ ਦੇ ਉੱਤੇ ਪਿਆ ਸੀ। ਮੇਰਾ ਵਿਸ਼ਵਾਸ ਆ, ਵਿਗਿਆਨਕ ਢੰਗ ਤਰੀਕੇ ਨਾਲ ਕੀਤਾ। ਜੇ ਅਸੀਂ ਇੱਕ ਦੂਜੇ ਨੇ ਵਿਸ਼ਵਾਸਾਂ ਨੂੰ ਚੈਲੰਜ ਕਰ ਲਈਏ ਨਾ, ਉਹ ਠੀਕ ਨਹੀਂ। ਇਹ ਸੰਵਾਦ ਆ, ਤਰਕਸ਼ੀਲ ਸੰਵਾਦ ਮੀਨਸ ਐਵੀਡੈਂਸ ਬੇਸਡ ਗੱਲ। ਜੇ ਕੋਈ ਕਹਿੰਦਾ ਕਿਸਮਤ ਹੱਥ ਦੀਆਂ ਰਖਾਵਾਂ 'ਤੇ ਲਿਖੀ ਹੁੰਦੀ, ਅਸੀਂ 10 ਹੱਥ ਦਿਖਾਵਾਂਗੇ। ਉਹ ਭਲਾ ਮਾਨਸ ਇਹੀ ਦੱਸਦੇ ਕਿ ਬੰਦੇ ਦੇ ਹੱਥ ਨੇ, ਔਰਤ ਦੇ ਨੇ, ਟਰਾਂਸਜੈਂਡਰ ਦੇ ਨੇ। 10% ਗਲਤੀ ਦੋਸਤੋ, ਮਾਫ਼ ਹੋਊ, $1,00,000 ਦਾ ਨਾਮ ਉਹਨੂੰ ਤਰਕਸ਼ੀਲ ਸੋਸਾਇਟੀ ਆਫ ਕੈਨੇਡਾ ਦੇਊਗੀ। ਜੇ ਕੋਈ ਕਹਿੰਦਾ ਵੀ ਮੈਂ ਤੁਹਾਡੇ ਲਈ ਪਾਠ ਪੂਜਾ ਕਰਦਾ, ਮੇਰਾ ਵਿਸ਼ਵਾਸ ਆ ਤੁਸੀਂ ਠੀਕ ਹੋ ਜਾਓਗੇ, ਅਸੀਂ ਕਹਿੰਦੇ ਨਹੀਂ ਠੀਕ ਹੋ ਸਕਦੇ। ਜਾਂ ਤਾਂ ਉਹ ਆਪ ਧੋਖੇ ਦੇ ਵਿੱਚ ਆ, ਜਾਂ ਲੋਕਾਂ ਨੂੰ ਧੋਖਾ ਦੇ ਰਿਹਾ। ਇੱਥੇ ਬਹੁਤ ਆਉਂਦੇ ਨੇ, ਵੀਜ਼ਾ ਲੈ ਕੇ ਆਉਂਦੇ ਨੇ ਕਿ ਅਸੀਂ ਕੈਂਸਰ ਲਾਇਲਾਜ ਬਿਮਾਰੀ ਦਾ ਇਲਾਜ ਕਰਦੇ ਹਾਂ, ਕਹਿੰਦੇ ਤੁਹਾਡੀ ਸਾਰੇ ਸਰੀਰ ਦੇ ਵਿੱਚ ਕੈਂਸਰ ਫੈਲਿਆ ਹੋਇਆ। ਉਹਨਾਂ ਨੇ ਡਾਕਟਰ ਗੰਢੇ ਹੋਏ ਨੇ, ਉਹ ਡਾਕਟਰ ਆ ਜਿਹੜੇ ਉਹ ਬੋਲਦੇ ਨੇ ਵੀਡੀਓ ਦੇ ਵਿੱਚ। ਸਾਡੀ ਚੁਣੌਤੀ ਆ ਉਹਨਾਂ ਨੂੰ, ਅਸੀਂ ਨਹੀਂ ਕੈਨੇਡਾ ਦੇ ਵਿੱਚ ਇਹ ਕੋਈ ਚੱਲਣ ਦੇਵਾਂਗੇ, ਕਾਨੂੰਨ ਦਾ ਆਸਰਾ ਲਵਾਂਗੇ। ਜੇ ਗੰਦੇ ਮਾੜੇ ਪੋਲੀਟੀਸ਼ੀਅਨਸ ਨੂੰ ਰੋਕਿਆ ਜਾ ਸਕਦਾ, ਤਾਂ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਉਹਨਾਂ ਨੂੰ ਵੀ ਰੋਕਿਆ ਜਾ ਸਕਦਾ। ਡਾਕਟਰ ਭਾਨਗਰਗ ਜੀ ਨੇ ਕਿਹਾ ਹੱਦ ਹੋ ਗਈ, ਇੱਕ ਜਾਨਵਰ ਇੱਕ ਕੁੱਤਾ ਉਹਦੇ ਸਰੀਰ ਨੂੰ ਹੱਥ ਨਹੀਂ ਲਾ ਸਕਦੇ, ਤੁਸੀਂ ਬੰਦਿਆਂ ਦੇ ਸਰੀਰਾਂ ਨੂੰ ਪੜੋਸੀ ਜਾਂਦੇ ਆ, ਉਹਨੂੰ ਸਿਵਿਆਂ 'ਚ ਧੱਕੀ ਜਾਂਦੇ ਆ। ਥੋੜ੍ਹਾ ਜਿਹਾ ਤਾਂ ਸੋਚੀਏ ਮਾੜਾ ਮੋਟਾ। ਫੇਥ ਹੀਲਿੰਗ ਆਪਣੇ ਘਰਾਂ ਦੇ ਵਿੱਚ ਕਰਨ ਦੀ ਵੀ ਤੁਹਾਨੂੰ ਇਜਾਜ਼ਤ ਨਹੀਂ। ਜੇ ਕੋਈ ਕਹਿੰਦਾ ਨਾ ਮੈਂ ਆਪਣੇ ਬੱਚੇ 'ਤੇ ਫੇਥ ਹੀਲਿੰਗ ਕਰ ਲੂੰ, ਥੋੜ੍ਹੇ ਜਿਹੇ ਫੇਥ ਹੀਲਿੰਗ ਵਾਲਿਆਂ ਦੀਆਂ ਹਾਲਤਾਂ ਦੇਖੋ। ਅਦਾਲਤ ਦੇ ਵਿੱਚ ਇੱਕ ਬੱਚੇ ਦਾ, ਉਹਨਾਂ ਨੇ 4 ਸਾਲ ਦੇ ਦਾ, ਉਹਨੂੰ ਡਾਕਟਰ ਕੋਲ ਨਹੀਂ ਲੈ ਕੇ ਗਏ, ਜੱਜ ਨੇ ਸਜ਼ਾ ਦਿੱਤੀ, ਬੱਚਾ ਮਰ ਗਿਆ। ਦੂਜੇ ਬੱਚੇ ਨੂੰ ਵੀ ਨਹੀਂ ਲੈ ਕੇ ਗਏ, ਦੂਜਾ ਬੱਚਾ ਵੀ ਮਰ ਗਿਆ, ਡਾਕਟਰ ਜੱਜ ਨੇ 10-10 ਸਾਲ ਦੀ ਸਜ਼ਾ ਦਿੱਤੀ ਹੈ। ਇਹ ਬੱਚੇ ਨੇ ਜਿਹੜੇ, ਇਹ ਲੋਕ ਨੇ, ਉਹ ਆਪਣੇ ਆਪ 'ਚ ਇੰਡੀਵਿਜੁਅਲ ਉਹਨਾਂ ਦੀ ਪਰਸਨੈਲਿਟੀ ਹੈਗੀ ਆ, ਆਈਡੈਂਟੀ ਹੈਗੀ ਆ, ਪਰ ਅਸੀਂ ਟੈਕਸ ਕੰਟਰੀਬਿਊਟ ਕਰਦੇ ਹਾਂ, 10-10 5-5 10-10 ਹਜ਼ਾਰ ਟੈਕਸ ਦਿੰਦੇ ਹਾਂ। ਫਰੀ ਸਹੂਲਤਾਂ ਮਿਲੀਆਂ, ਕਿਉਂ ਨਹੀਂ ਡਾਕਟਰਾਂ ਕੋਲ ਜਾਂਦੇ ਜੇ ਸਾਡੇ ਹੈਲਥ ਸਿਸਟਮ ਦੇ ਨਾਲ ਉਹ ਖੇਲਦੇ ਨੇ? ਕਾਨੂੰਨ ਆਪਣਾ ਰਸਤਾ ਜਿਹੜਾ ਉਹ ਅਖਤਿਆਰ ਕਰੂਗਾ। ਵਿਸ਼ਵਾਸ ਹੈਗਾ ਆਪਣਾ, ਮੰਨੀ ਜਾਓ, ਪਰ ਜਦੋਂ ਤੁਸੀਂ ਵਿਗਿਆਨ ਨੂੰ, ਵਿਗਿਆਨਕ ਢੰਗ ਤਰੀਕਿਆਂ ਨੂੰ, ਡਾਕਟਰੀ ਇਲਾਜ ਨੂੰ ਚੂੰਡੀਆਂ ਵੱਢੋਗੇ ਨਾ, ਤਾਂ ਭਾਈ ਉਹਨਾਂ ਤਾਂ ਕੁਛ ਕਰਨਾ ਹੀ ਕਰਨਾ, ਤਰਕਸ਼ੀਲ ਸੰਸਥਾਵਾਂ ਨੇ ਵੀ ਕੁਛ ਕਰਨਾ ਹੀ ਕਰਨਾ। ਇਸ ਦੇ ਬਾਵਜੂਦ ਵੀ ਅਸੀਂ ਤੁਹਾਡੇ ਵਿਸ਼ਵਾਸਾਂ ਦਾ ਸਵਾਗਤ ਵੀ ਕਰਦੇ ਹਾਂ, ਸਤਿਕਾਰ ਵੀ ਕਰਦੇ ਹਾਂ। ਅਗਲਾ ਸਵਾਲ ਪਲੀਜ਼। ਇੱਕ ਮਿੰਟ, ਮੈਂ ਜਰਾ ਕਹਿਣਾ ਚਾਹੁੰਦਾ ਸੀ, ਜਿਹੜੇ ਸੰਤ ਮਹਾਤਮਾ, ਧਾਰਮਿਕ ਲੋਕ, ਪੂਰੀ ਤਰ੍ਹਾਂ ਨਾਲ ਧਰਮ ਵਿੱਚ ਭਿੱਜੇ ਹੋਏ ਲੋਕ ਕਹਿੰਦੇ ਆ ਕਿ ਜੀ ਫੇਥ ਹੀਲਿੰਗ ਹੁੰਦੀ ਹੈ, ਮੈਂ ਇੱਕ ਨਹੀਂ, ਮੈਂ ਤੁਹਾਨੂੰ ਦਰਜਣਾ ਸੈਂਕੜੇ ਇਹੋ ਜਿਹੇ ਸੰਤ ਮਹਾਤਮਾ ਦਿਖਾ ਦਿੰਦਾ ਜਿਹੜੇ ਐਨਕਾਂ ਵੀ ਲਾਉਂਦੇ ਆ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਹੈ, ਜਿਨ੍ਹਾਂ ਨੂੰ ਕੋਲੈਸਟਰਲ ਵੀ ਹੋਇਆ ਹੋਇਆ, ਜਿਨ੍ਹਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਹੈ। ਭਾਈ ਉਹ ਆਪਦਾ ਇਲਾਜ ਤਾਂ ਕਰ ਨਹੀਂ ਸਕਦੇ, ਲੋਕਾਂ ਦਾ ਫੇਥ ਨਾਲ ਕਿਵੇਂ ਕਰ ਸਕਦੇ ਆ? ਧੰਨਵਾਦ। ਨੈਕਸਟ ਕੁਐਸਚਨ। ਹਾਂਜੀ ਬਰਾੜ ਸਾਹਿਬ, ਹੈਲੋ। ਮੈਂ ਵੀ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਸੀ ਕਿ ਅਸੀਂ ਇਸ ਕੰਟਰੀ 'ਚ ਇਸ ਲਈ ਆਏ ਹਾਂ, ਅਸੀਂ ਇਹ ਗੱਲ ਐਗਜ਼ਾਮਪਲ ਦਿੰਦੇ ਹਾਂ ਕਿ 911 ਜਦੋਂ ਅਸੀਂ ਕਾਲ ਕਰਦੇ ਜੀ, 5 ਮਿੰਟ 'ਚ ਸਾਡੇ ਕੋਲ ਸਾਰੀਆਂ ਸਰ ਠੀਕ ਹੈ। ਵੈਸੇ ਮੈਂ ਥੋੜ੍ਹੀ ਗੁਸਤਾਖੀ ਕਰ ਰਿਹਾ, ਦੂਜੀ ਵਾਰੀ ਬੋਲ ਰਿਹਾ, ਆਵਾਜ਼ ਆ ਰਹੀ ਹੈ ਜੀ? ਹਾਂਜੀ। ਚੈਨਲ Y, a South Asian Canadian channel.
Call Rogers or Bell today and subscribe to Channel Y. Channel Y. For more information, visit SouthAsiaDaily.com. You are watching Channel Y. Channel Y. A South Asian Canadian channel.